ਜਨਾਬ ਜੀ ਖਾਦਮ ਸਾਹਿਬ ਵੀ ਕਣਕ ਕਾਹਣੇ ਲੱਗੀ ਪਏ ਨਾ ਹਸਬਿਲਾ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸ਼ੁਰੂ ਅੱਲਾ ਰੱਬੁਲ ਆਲਮੀਨ ਨੇ ਬਬਰਕਤਾਂ ਤੋਂ ਜਿਹੜਾ ਤਮਾਮ ਜਹਾਨਾਂ ਨਾਲ ਖਾਲਿਕ ਓ ਮਾਲਿਕ ਰਾਜ਼ੀ ਕੇ ਅਨਗਿਨਤ ਲਤਾਦਾ ਦਰੂਦ ਅਸਲਾਮ ਨਬੀ ਸਲਮ ਜ਼ਾਤ ਤੇ ਉਹਨਾਂ ਨੇ ਆਲ ਪਰ ਅਸਲਾਮ ਅਲੈਕੁਮ ਜੀ ਮੈਂ ਸਜਾਦ ਅਖਤਰ ਤੇ ਤੁਸੀਂ ਤੱਕ ਨੇ ਵੀ ਆਪਣਾ ਫੈਮਿਲੀ ਯੂਟਿਊਬ ਚੈਨਲ ਆਪਣੀ ਧਰਤੀ ਹੈ ਜੇ ਕਿ ਉਮੀਦ ਕਰਨਾ ਸਾਰੇ ਵੱਲ ਉਸੋ ਜੀ ਅੱਲਾ ਸੁਣੇ ਨੇ ਅਮਾਨ ਵਿੱਚ ਉਸ ਅੱਜ ਨਾਮ ਸਰ ਖਿਦਮਤ ਵਿੱਚ ਹਾਜ਼ਰ ਹਾਂ ਕਿ ਨਈ ਵੀਡੀਓ ਨਾਲ ਵੀਡੀਓ ਮੈਂ ਅਸਲ 'ਚ ਕੱਲ੍ਹ ਬਣਾਈ ਸੀ ਚਕਸਵਾਰੀ ਬਾਜ਼ਾਰ ਤੋਂ ਆ ਰਹੇ ਸਾਂ ਵਾਪਸ ਤੇ ਅਗਰ ਰਸਤੇ ਤੱਕ ਇੱਕ ਭਾਈ ਪੈਰ ਕਣਕ ਕੱਪਣ ਲੱਗੇ ਸਨ ਉਹ ਮੋਢੇ ਨਾਲ ਮਸ਼ੀਨ ਲਾਈਕ ਹੈ ਅਤੇ ਨਾਲ ਕੋਈ ਬੰਦੇ ਸਨ ਗੱਡੀਆਂ ਬੰਨੇ ਸਨ ਤਾਂ ਉਹ ਥੋੜ੍ਹੀ ਜਿਹੀ ਵੀਡੀਓ ਬਣਾਈ ਹੈ ਮੁੜੀ ਫਿਰ ਉਸ ਤੋਂ ਬਾਅਦ ਆਪਣੀ ਰੋਟੀ ਦੇ ਮੁਤਾਬਕ ਜਾਂ ਝੁਆਣੇ ਪੱਠੇ ਕੱਪਣੇ ਵਾਸਤੇ ਅਤੇ ਜਿਸ ਕਾਰ ਬਾਜ਼ਾਰੋਂ ਆਇਆ ਮੌਸਮ ਠੀਕ ਸੀ ਕਾਰ ਪੁੱਜੀ ਤਾਂ ਮੌਸਮ ਯਕਦਮ ਹੀ ਖਰਾਬ ਹੋ ਗਿਆ ਹਵਾ ਬੜੀ ਤੇਜ਼ ਚੱਲਣ ਲੱਗੀ ਵੀ ਬਦਲ ਵੀ ਆਈ ਗਿਆ ਅਤੇ ਗਿਆ ਗਿਆ ਝੁਆਣੇ ਦਾ ਤੱਕਿਆ ਜਨਾਬ ਜੀ ਖਾਦਮ ਸਾਹਿਬ ਛੱਪੜੇ ਵਾਲੇ ਕਣਕ ਕਤਰਾਉਣ ਲੱਗੇ ਉਹਨਾਂ ਦੀ ਵੀਡੀਓ ਬਣਾਈ ਹੈ ਨਾਲ ਅਤੇ ਬਾਕੀ ਸ਼ਕੀਲ ਨੱਕੇ ਵਾਲਾ ਜਿਹੜਾ ਆ ਉਹਨਾਂ ਨੇ ਪੱਠੇ ਉੱਥੋਂ ਮੈਂ ਵੀ ਨਾਲ ਉਹਨਾਂ ਨੂੰ ਕੱਪੀ ਕਰਨਾ ਆ ਅਤੇ ਫਿਰ ਉਹ ਵੀ ਨਾਲ ਉੱਥੇ ਆਇਆ ਸਨ ਨਾਲ ਪੱਠੇ ਵਾਲੇ ਕੱਪੇ ਗੱਪ ਛੱਪ ਹੋਈ ਹੈ ਅਤੇ ਹਵਾ ਬੜੀ ਤੇਜ਼ ਚੱਲਣੀ ਸੀ ਮੌਸਮ ਜਿਹੜਾ ਸੀ ਬੜਾ ਜ਼ਬਰਦਸਤ ਸੀ ਕੱਲ੍ਹ ਵੀਡੀਓ ਬਣਾਈ ਹੈ ਉਮੀਦ ਕਰਸਾਂ ਸੀ ਵੀਡੀਓ ਚੰਗੀ ਲੱਗ ਸੀ ਰਿਕੁਐਸਟ ਤੁਸੀਂ ਸਾਰਿਆਂ ਕਰ ਸਕਦੇ ਜਿੱਥੇ ਵਾਲੇ ਚੈਨਲ ਬਣਾਏ ਤੱਕੜੇ ਵਾਲੇ ਵਾਲੇ ਚੈਨਲ ਕੇ ਸਬਸਕ੍ਰਾਈਬ ਕਰਿਆ ਵੀਡੀਓ ਛੱਡ ਕੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਇਨ ਸ਼ਾਅ ਅੱਲਾਹ ਬਹੁਤ ਜਲਦੀ ਕੋਰੇ ਵੀਡੀਓ ਫਿਰ ਮੁਲਾਕਾਤ ਕਰਸਾਂ ਅਤੇ ਵੀਡੀਓ ਲਾਸ ਪੂਰੀ ਜ਼ਰੂਰ ਤੱਕਿਆ ਅੱਲਾਹ ਸੁਣਨ ਵਾਲਾ ਤੱਕਣੇ ਹੋ ਜਨਾਬ ਤੁਸੀਂ ਪਾਣੀ ਕਿਤਨਾ ਤੇਜ਼ ਚੱਲਣ ਲੱਗੇ ਆ ਡੈਮ ਨਾ ਅਤੇ ਕਣਕਾਂ ਖਤਰੇ 'ਚ ਬਣੀਆਂ ਜਾਣੀਆਂ ਪਈਆਂ ਜਿਹੜੀਆਂ ਕੋਲ ਕੋਲ ਹੈ ਨਾ ਜਿਹੜਾ ਪੱਠੇ ਆ ਸਰ ਨੀਲਾ ਸ਼ੀਲਾ ਸੀ ਜਿਹੜਾ ਲੋਕਾਂ ਨੂੰ ਮੰਨੀਆਂ ਹੋਈਆਂ ਇੱਥੇ ਡੈਮ ਰੱਖਣੀ ਜਾਂਦੀਆਂ ਕਿ ਡੁੱਬੀ ਜਾ ਸਣੇ ਪੱਠੇ ਜਿਹੜੇ ਜੋ ਜਿਹੜਾ ਮਾਲ ਚਰੀ ਕਿਨਾ ਅਤੇ ਅੱਗੇ ਹੈ ਨਾ ਜਿਹੜੀਆਂ ਇਹ ਕਣਕਾਂ ਇਹ ਤਕਰੀਬਨ ਜਿਹੜੀਆਂ ਜਾਂ ਨੀਲੀਆਂ ਬਾਕੀ ਇੱਧਰ ਸੜਕੀ ਸਕਣੇ ਹੋਏ ਪਾਣੀ ਉੱਧਰ ਤੱਕ ਉੱਥੇ ਤੱਕ ਲਗਾ ਗਿਆ ਗਿਆ ਵਿੱਚ ਮੈਂ ਤੱਕੋ ਜਨਾਬ ਵੈਪਰਾਂ ਨਾਲ ਕਣਕੋਂ ਬੰਨਾ ਕਪਾਉਣ ਲੱਗੇ ਆ ਆਪਣੀ ਕੱਟਣ ਲੱਗੇ ਆ
ਸਾਂ। ਦੇਖੋ ਜਨਾਬ ਜੀ, ਖਾਦਮ ਸਾਹਿਬ ਵੀ ਕਿਆ ਕਣਕ ਕਾਹਣੇ ਲੱਗੀ ਪਏ ਨਾ। ਬਾਕੀ ਜਨਾਬ ਮਜਾ ਕਾਫੀ ਬੰਦੀਆਂ ਲੱਗਣੀਆਂ ਕੱਪੜੇ 'ਚ ਹੋਈਆਂ, ਉਹ ਵੀ ਬੜਾ ਖਰਾਬ ਹੈ, ਲੱਗਣੇ ਵੀ ਉੱਪਰ ਸਾਂ ਚੜ ਚੜੇ ਫਿਰ ਇਸ ਕੱਪੀਆਂ ਟਿੱਗੀਆਂ ਨੇ, ਗੱਡੀਆਂ ਪੰਨੇ 'ਚ ਹੋਈਆਂ ਅਤੇ ਕੜੀਆਂ ਨਿੱਕੀਆਂ ਨਿੱਕੀਆਂ ਲੈਣ ਲੱਗੀ ਪਈਆਂ। ਖਾਦਮ ਸਾਹਿਬ ਜਨਾਬ ਕਤਰਾਉਣ ਲੱਗੇ ਹੋਏ, ਕਣਕ ਬੈਠੇ ਹੋਏ ਜਨਾਬ ਦਾਣਿਆਂ ਪਰ, ਤਾਂ ਬਾਰਿਸ਼ ਵੀ ਲੱਗੀ ਹੋਈ ਹੈ ਨਿੱਕੀ ਨਿੱਕੀ, ਨਾਲ ਹੀ ਸ਼ੁਰੂ ਹੈ ਕੰਮ। ਕਹਿ ਤੱਕੋ ਜਨਾਬ ਨਾਲ ਦਬਾਅ ਮੰਗਣ ਲੱਗਾ ਹੋਏ ਖਾਦਮ ਸਾਹਿਬ, ਬਾਰਿਸ਼ ਰੁਕੀ ਜਾਏ। ਸਕਣੇ ਹੋ ਸਾਰਾ ਚੌਹਾਨ ਅਜੇ ਤਕਰੀਬਨ ਹੀ ਪਏ ਆ, ਕੋਈ ਥੋੜ੍ਹੀ ਚੰਦ ਕਣਕਾਂ ਕੱਪਣੀਆਂ ਵਿੱਚੋਂ
ਮੈਂ ਇੱਥੇ ਪੁੱਜੀ ਆਇਆ ਪੱਠੇ ਕੱਪਣੇ ਪੈਣ ਅਤੇ ਸ਼ਕੀਲ ਸਾਹਿਬ ਨਾਲ ਗੱਲ ਕੀਤੀ ਸੀ ਪੱਠੇ ਚੇਨੇ ਕੋਈ ਬੱਕਰੀਆਂ ਵਾਸਤੇ ਤੁਹਾਨੂੰ ਅਸੀਂ ਠੀਕ ਹੈ ਜੀ ਬੜੀ ਜਗ੍ਹਾ ਸੀ ਉੱਥੇ ਆਈ ਜੀ ਕੋਲ ਕਾਪੀ ਖੜਾ ਕਰੋ ਅਤੇ ਮੈਂ ਇੱਥੇ ਆਇਆ ਸ਼ਕੀਲ ਸਾਹਿਬ ਨਾਲ ਗੱਲ ਲੱਗਿਆ ਪੱਠੇ ਕੱਪਣ ਲੱਗੇ ਅਤੇ ਕੁਛ ਸ਼ਕੀਲ ਸਾਹਿਬ ਨਾਲ ਗੱਲਬਾਤ ਕਰਨੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਉਹ ਜਨਾਬ ਕੀ ਹਾਲ ਹੈ? ਠੀਕ ਹੋ? ਠੀਕ ਠਾਕ। ਖਰੀਅਤ ਹੈ? ਬੜੇ ਜਨਾਬ ਜੀ ਬਿਜ਼ੀ ਹੋ ਅੱਜ ਕੱਲ੍ਹ, ਕਿਆ ਗੱਲ ਹੈ? ਕਿਆ ਕਰਾਂ ਜੀ, ਡੈਮ ਚੰਨਾ ਪਿਆ ਲੱਗਿਆ ਤੇ ਕਿੰਨਾ ਪਾਣੀ ਚੱਲਣਾ ਸੀ ਰੋਜ਼ਾ? ਪੂਰੇ ਕਸ਼ਮੀਰ ਠੀਕ 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 ਫਸਲਾਂ ਫਸਲਾਂ ਤਿਆਰ ਨੇ ਤੇ ਇਨਸ਼ਾਅੱਲਾ ਇਨਸ਼ਾਅੱਲਾ। ਤੇ ਜਨਾਬ ਤੁਸੀਂ ਬੜਾ ਸ਼ੁਕਰੀਆ ਸੁਣੀ ਗੱਡਾ ਤਕਰੀਬਨ ਹੋ ਹੀ ਗਿਆ ਆ, ਉਸਤਾਦ ਵੀ ਨਾਲ ਹੀ ਰਲੀ ਕੇ ਕਪਸਾਂ ਇੱਕ ਹੋਰ ਗੱਡਾ ਗਿਆ।